ਅੱਛਾ ਉਹ ਪੁਲਿਸ ਨੂੰ ਨਾ ਮਾਰ ਦੇ, ਉਹ ਵੀ ਸਿੱਧੀਆਂ ਮਾਰ ਦੇ ਗੋਲੀਆਂ, ਇਹਨਾਂ ਫੜ ਕੇ ਕਿਸੇ ਤਰੀਕੇ ਨਾਲ ਫੜ ਕੇ ਮਾਰ ਕੇ ਅਤੇ ਉੱਥੇ ਜਾ ਕੇ ਮੁਕਾਬਲਾ ਬਣਾਇਆ ਜਾਂਚ ਕੇ। ਅੱਛਾ ਤੁਸੀਂ ਮੀਡੀਆ ਵਾਲੇ ਜੇ ਕਰਵੇ ਤੁਸੀਂ ਆਖੋ ਕਿ ਪੁਲਿਸ ਦਊਗੀ ਸੱਚ ਇਹ ਗੱਲ, ਮੰਨੂਗੀ ਪੁਲਿਸ? ਕਦੀ ਵੀ ਨਹੀਂ, ਕਦੀ ਪੁਲਿਸ ਸੱਚ ਨਾ ਦੱਸੂ, ਉਹਨਾਂ ਆਪਦੀਆਂ ਫੀਤੀਆਂ ਬਦਲੇ ਸੋਚਣਾ। ਰਾਜਸਥਾਨ 'ਚ ਪੰਜਾਬ ਪੁਲਿਸ ਨਾਲ ਹੋਏ ਮੁਕਾਬਲੇ 'ਚ ਮਾਰੇ ਗਏ ਪੰਜਾਬ ਦੇ ਖਤਰਨਾਕ ਗੈਂਗਸਟਰ ਵਿੱਕੀ ਗਾਉਂਡਰ ਦੇ ਪਰਿਵਾਰ ਨੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਝੂਠਾ ਅਤੇ ਫਰਜ਼ੀ ਕਰਾਰ ਦਿੰਦਿਆਂ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅੱਜ ਸਰਾਵਾਂ ਬੋਦਲਾ ਸਥਿਤ ਵਿੱਕੀ ਗਾਉਂਡਰ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਕੀ ਦੇ ਨਿੱਕੀ ਰਿਸ਼ਤੇਦਾਰਾਂ ਨੇ ਪੁਲਿਸ ਦੀ ਇਸ ਕਾਰਵਾਈ 'ਤੇ ਸਵਾਲੀਆ ਨਿਸ਼ਾਨ ਲਾਏ। ਬਣਦੇ ਮੁਕਾਬਲੇ ਨੇ ਝੂਠੇ, ਹੈ ਨਾ, ਆਮ ਰੂਮਰ ਜੀ ਐਂ ਚੱਲਦੀ ਹੈ। ਹੁਣ ਇਹ ਤਾਂ ਮਰਨ ਵਾਲੇ ਜਾਣਦੇ ਆ ਅਤੇ ਜੋ ਮਾਰਨ ਵਾਲੇ ਜਾਣਦੇ ਵਿੱਕੀ ਨਾਲ। ਪਰ ਇਹ ਜਿਹੜੀ ਨਜਾਇਜ਼ ਬਣਾ ਕੇ ਜਿਹੜਾ ਕਰਨਾ, ਇਹ ਬਹੁਤ ਮਾੜਾ ਗੱਲ ਹੈਗਾ ਮਾਮਾ ਦੇ ਪੁੱਤ ਨੇ ਸਾਰੇ। ਬਾਬਾ ਜੀ, ਜਿਹੜੀ ਇਹ ਹੋਇਆ ਗਾ ਪੁਲਿਸ ਇਨਕਾਊਂਟਰ, ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿ ਇਹਨੂੰ ਸੱਚਮੁੱਚ ਪੁਲਿਸ ਨੇ ਇਨਕਾਊਂਟਰ ਹੀ ਕੀਤਾ ਜਾਂ ਫੜ ਕੇ ਮਾਰਿਆ? ਨਹੀਂ, ਫੜ ਕੇ ਮਾਰਿਆ ਇਹਨੂੰ। ਉਹ ਜੇਕਰ ਤੁਸੀਂ ਇਹ ਸਮਝਦੇ ਜੇ ਵੀ ਉਹ ਗਾਉਂਡਰ ਸੀ ਇਸ ਤਰ੍ਹਾਂ, ਅੱਛਾ ਉਹਦੇ ਕੋਲ ਹਥਿਆਰ ਪਿਸਤੌਲ ਤਾਂ ਉਹ ਰੱਖਦੇ ਹੀ ਜਦੋਂ ਦੇ ਭੱਜੇ ਫਿਰਦੇ ਨੇ, ਅੱਛਾ ਉਹ ਪੁਲਿਸ ਨੂੰ ਨਾ ਮਾਰਦੇ, ਉਹ ਵੀ ਸਿੱਧੀਆਂ ਮਾਰਦੇ ਗੋਲੀਆਂ, ਇਹਨਾਂ ਫੜ ਕੇ ਕਿਸੇ ਤਰੀਕੇ ਨਾਲ ਫੜ ਕੇ ਮਾਰ ਕੇ ਅਤੇ ਉੱਥੇ ਜਾ ਕੇ ਮੁਕਾਬਲਾ ਬਣਾਇਆ ਅਤੇ ਰਾਜਸਥਾਨ ਪੁਲਿਸ ਤੋਂ ਆਰਡਰ ਨਹੀਂ ਲਿਆ ਅਤੇ ਜਾ ਕੇ ਅਤੇ ਬਣਾ ਤਾ, ਹੁਣ ਉਹ ਚੁੱਕਣ ਨਹੀਂ ਦਿੰਦੀ ਲਾਸ਼। ਆਹ ਮੈਂ ਹੁਣ ਢਾਣੀ ਤੋਂ ਆਇਆ, ਰਾਜਸਥਾਨ ਪੁਲਿਸ ਤੇ ਉਹ ਪੁਲਿਸ ਦਾ ਫੈਸਲਾ ਨੀ ਕੋਈ ਹੁੰਦਾ, ਉਹਨਾਂ ਚਿਰ ਮਾਰ ਕੇ ਤੇ ਅੱਜ ਤੱਕ ਸਾਨੂੰ ਨੀ ਪਤਾ ਵੀ ਕੀ ਹੋਇਆ ਕਿ ਢਾਣੀ ਦੀ ਵਿਖਾਈ ਆ ਵੀ ਢਾਣੀ ਤੇ ਗਿਆ ਸੀ ਤੇ ਪੁਲਿਸ ਨੇ ਬਣਾਇਆ ਵੀ ਉੱਥੋਂ ਅਸੀਂ ਪੜਿਆ ਇਹਨੂੰ। ਤੁਸੀਂ ਕੀ ਮੰਗ ਕਰਦੇ ਹੈਗੇ ਵੀ ਕੋਈ ਜਾਂਚ ਕੁਛ ਕੁਛ ਇਸ ਤਰ੍ਹਾਂ ਜਾਂਚ ਕਿ? ਅੱਛਾ ਤੁਸੀਂ ਮੀਡੀਆ ਵਾਲੇ ਜੇ ਕਰਵੇ ਤੁਸੀਂ ਆਖੋ ਕਿ ਪੁਲਿਸ ਦਊਗੀ ਸੱਚ ਇਹ ਗੱਲ, ਮੰਨੂਗੀ ਪੁਲਿਸ? ਕਦੀ ਵੀ ਨਹੀਂ, ਸਾਡਾ ਮਹਿਕਮਾ ਪੁਲਿਸ ਚ ਰਿਹਾ, ਕਦੀ ਪੁਲਿਸ ਸੱਚ ਨਾ ਦੱਸੂ, ਉਹਨਾਂ ਆਪਦੀਆਂ ਫੀਤੀਆਂ ਬਦਲੇ ਸੋਚਣਾ। ਬਿਊਰੋ ਰਿਪੋਰਟ, ਪ੍ਰਾਈਮ ਪੰਜਾਬ ਨਿਊਜ਼। ਵਧੇਰੇ ਜਾਣਕਾਰੀ ਲਈ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਰੰਤ ਸਬਸਕ੍ਰਾਈਬ ਕਰੋ ਪ੍ਰਾਈਮ ਪੰਜਾਬ ਨਿਊਜ਼।